ਤੜਕੇ ਉੱਠ ਕੱਢ ਧਾਰਾਂ ਪਾ ਲੈਂਦੀਆਂ ਮਧਾਣੀਆਂ, ਪੱਤਾ ਲੈ ਕੇ ਖੇਤਾਂ ਨੂੰ ਜਾਂਦੀਆਂ ਸਵਾਣੀਆਂ। ਸੋ ਜਿਹੜਾ ਧਾਰਾਂ ਕੱਢਣ ਦਾ ਕੰਮ ਹੈ, ਖਾਸ ਤੌਰ 'ਤੇ ਸਵਾਣੀਆਂ ਦੇ ਹਿੱਸੇ ਆਇਆ, ਉੱਧਰੋਂ ਸਵੇਰੇ 5 ਵਜੇ ਅਤੇ ਫਿਰ ਸ਼ਾਮ ਨੂੰ 5 ਵਜੇ ਧਾਰਾਂ ਕੱਢਦੀਆਂ। ਬਹੁਤੇ ਲੋਕ ਕਹਿੰਦੇ ਆ ਕਿ ਔਰਤਾਂ ਘਰਾਂ ਦੇ ਵਿੱਚ ਕੁਛ ਨਹੀਂ ਕਰਦੀਆਂ, ਪਰ ਸਾਰਾ ਕੰਮ ਔਰਤਾਂ ਹੀ ਕਰਦੀਆਂ ਨੇ। ਰੋਟੀ ਟੁੱਕ, ਚਾਹ ਪਾਣੀ, ਧਾਰਾਂ ਕੱਢਣਾ, ਪੂਰਾ ਘਰ ਸੰਭਾਲਣਾ, ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਔਰਤਾਂ ਦੇ ਹਿੱਸੇ ਆਈ ਹੈ।